ਸੰਗਲ ਜੀ ਨੰਗਲ ਖੜ੍ਹੇ ਹਾਂ, ਤੁਹਾਡੇ ਤੋਂ ਗੁਜ਼ਾਰਿਸ਼ ਕਰ ਰਹੇ ਹਾਂ ਕਿਉਂਕਿ ਇਸ ਤਰ੍ਹਾਂ ਦੀ ਬਹੁਤ ਸਾਰੀ ਮਾਤਾਵਾਂ ਔਰ ਵੀਰ ਭੈਣ ਸੜਕਾਂ ਤੋਂ ਲੈ ਕੇ ਘਰਾਂ ਦੇ ਵਿੱਚ ਬੰਦ ਨੇ ਔਰ ਭਟਕ ਰਹੇ ਨੇ ਇਲਾਜ ਦੀ ਖਾਤਰ। ਕਿਆ ਮਾਤਾ ਦੇ 3 ਮੁੰਡੇ ਨੇ ਜਿਸ ਦੇ ਵਿੱਚ 2 ਨਸ਼ੇ ਕਰਦੇ ਨੇ, ਦੋਸਤਾਂ ਨੇ ਸ਼ਹਿਰ ਦੇ ਲੋਕ ਵਸਨੀਕਾਂ ਨੇ ਇਕੱਠੇ ਕਰਕੇ 2 ਵਾਰ ਪੈਸੇ ਵੀ ਦਿੱਤੇ, ਨਾਲ ਵੀ ਜਾ ਕੇ ਆਏ ਆ, ਬਟ ਕਿਤੇ ਨਾ ਕਿਤੇ ਉਹ ਇਲਾਜ ਨਹੀਂ ਕਰਾ ਪਾਏ, ਨਸ਼ਿਆਂ ਨੂੰ ਉਹ ਪੈਸੇ ਡਾਈਵਰਟ ਹੋ ਗਏ। ਮਾਤਾ ਦੇ ਦੋਨੋਂ ਪੈਰ ਗਲੇ ਪਏ ਨੇ ਔਰ ਕੀੜਿਆਂ ਨੇ ਖਾਧੇ ਪਏ ਆ, ਹਾਲਤ ਬਹੁਤ ਜ਼ਿਆਦਾ ਖਰਾਬ ਹੈ। ਮਾਸ ਤਾਂ ਹੈ ਹੀ ਨਹੀਂ, ਨਿਰੀ ਹੱਡੀਆਂ ਨੇ ਭਾਜੀ, ਡੈਡ ਟਿਸ਼ੂ ਦੀ ਇੱਡੀ ਜ਼ਿਆਦਾ ਸਮੈਲ ਆ ਨਾ, ਸਮਝ ਨਹੀਂ ਆਉਂਦਾ ਬੋਲੀਏ ਕਿ ਵਾਰ। ਮਾਤਾ ਦੇ ਭਾਜੀ ਹਾਲਾਤ ਦੇਖ ਕੇ ਲੱਗਦੇ ਨਾ ਸ਼ਾਇਦ 3 ਜਾਂ 4 ਗ੍ਰਾਮ ਖੂਨ ਹੋਏਗਾ। ਮਾਤਾ ਨੂੰ ਲੈ ਕੇ ਆਏ ਸੀ ਨੰਗਲ, ਤੁਸੀਂ ਸਾਰੇ ਵੀਡੀਓ ਦੇਖੇ ਨੇ ਔਰ ਲਗਾਤਾਰ ਤੁਸੀਂ ਸ਼ੇਅਰ ਵੀ ਕੀਤਾ। ਮਾਤਾ ਦੀ ਕੱਲ੍ਹ ਲੱਤ ਦੀ ਕਟਿੰਗ ਹੋ ਗਈ ਹੈ ਔਰ ਮਾਤਾ ਦੀ ਸਿਹਤ ਆਪ ਦੇਖ ਲਓ ਕਿੰਨੀ ਜ਼ਿਆਦਾ ਵਧੀਆ ਹੋ ਚੁੱਕੀ ਹੈ। ਜਦ ਤੋਂ ਅਸੀਂ ਬੋਲਦੇ ਵੀ ਨਹੀਂ ਸੀਗੇ, ਬਿਲਕੁਲ ਮਰਨ ਨੂੰ ਪਏ ਸੀ, ਹੈ ਨਾ। ਤੁਹਾਨੂੰ ਯਾਦ ਹੋਣਾ ਹੈ ਕਿਹਨਾਂ ਹਾਲਾਤਾਂ ਦੇ ਵਿੱਚ ਲੈ ਕੇ ਆਏ ਸੀਗੇ। ਦੁਬਾਰਾ ਜ਼ਖਮ ਖਰਾਬ ਹੋ ਕੇ ਗੈਂਗਰੀਨ ਨਾ ਹੋ ਜਾਏ ਤਾਂ ਇਹ ਸੇਵਾ ਸਹਿਯੋਗ ਅਗਲੇ 2 ਤੋਂ 3 ਮਹੀਨੇ ਚੱਲੇਗਾ। ਨਕਲੀ ਲੱਤ, ਹੈ ਨਾ, ਆਰਟੀਫਿਸ਼ਲ ਲੈਗ ਵੀ ਲਵਾਈ ਜਾਏਗੀ, ਉਹ ਲਵਾ ਕੇ ਉਹਨੂੰ ਇਸਤੇਮਾਲ ਕਿਵੇਂ ਕਰਨਾ, ਫਿਜ਼ੀਓਥੈਰੇਪੀ ਸੈਸ਼ਨਸ ਹੋਣਗੇ ਇਹਨਾਂ ਦੇ, ਉਹ ਸਾਰਾ ਕੰਪਲੀਟ ਕਰਕੇ ਮਾਤਾ ਦੀ ਜੋ ਨੈਕਸਟ ਜ਼ਿੰਦਗੀ ਆ ਉਹ ਬਿਲਕੁਲ ਦੁਬਾਰਾ ਮੇਨ ਸਟ੍ਰੀਮ ਸੋਸਾਇਟੀ 'ਚ ਰੀਐਡਜਸਟ ਹੋ ਜਾਏਗੀ।